ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਲੈ ਕੇ ਮੈਂ ਬਰਨ ਕੌਰ ਮਾਨ ਹਾਜ਼ਰ ਹਾਂ ਸਾਸਤ੍ਰੀਕਾਲ ਸਿੱਖ ਰਿਓ ਪੰਜਾਬ ਮੀਲ ਯੂਐਸਏ ਟੀਵੀ ਬਾਰਡਰ ਰਾਹੀਂ ਮੈਕਸਿਕੋ ਤੋਂ ਅਮਰੀਕਾ ਜਾਣ ਦੇ ਦੌਰਾਨ 1 ਸਾਲ ਵਿੱਚ ਫੜੇ ਗਏ 96917 ਭਾਰਤੀ ਨਾਗਰਿਕ ਭਾਰਤ ਤੋਂ 40% ਦੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਰਾਤ ਪ੍ਰਵਾਸੀਆਂ ਨੂੰ ਝਟਕਾ ਆਸਟ੍ਰੇਲੀਆਈ ਨਾਗਰਿਕਤਾ ਟੈਸਟ ਵਿੱਚ ਅਸਫਲ ਹੋਣ ਦੀ ਦਰਜਵਤਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਪਾਸਪੋਰਟ ਦੁਨੀਆ ਭਰ ਦੇ 10 ਸ਼ਕਤੀਸ਼ਾਲੀ ਪਾਸਪੋਰਟਾਂ 'ਚ شمار ਕੈਨੇਡਾ ਨੇ ਪਾਕਿਸਤਾਨ ਦੇਸ਼ ਦੇ ਲਈ ਜਾਰੀ ਕੀਤੀ ਇਸ ਹਫਤੇ ਨਵੀਂ ਟਰੈਵਲ ਐਡਵਾਈਸਰੀ ਨਾਗਰਿਕ ਬੇਲੋੜੀ ਯਾਤਰਾ ਤੋਂ ਬਚਣ ਮਨੁੱਖੀ ਤਸਕਰੀ ਦੇ ਮਾਮਲੇ ਦੇ ਵਿੱਚ 14 ਇਮੀਗ੍ਰੇਸ਼ਨ ਏਜੰਟਾਂ ਦੇ ਵਿਰੁੱਧ ਐਫ ਆਈ ਆਰ ਤਰਜ ਇਸ ਹਫਤੇ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਪਿਆ ਬੂਰ ਪਾਸ ਕਰਨ ਤੇ ਸਹਿਮਤ ਹੋਈ ਯੂਨੀਵਰਸਿਟੀ ਕੈਨੇਡਾ ਵਿੱਚ ਵੱਧ ਰਹੀ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਪਰ ਕਈ ਸਮੱਸਿਆਵਾਂਾਂ ਦੇ ਨਾਲ ਜੂਝ ਰਹੇ ਨੇ ਵਿਦਿਆਰਥੀ ਤੁਸੀਂ ਦੇਖ ਰਹੇ ਹੋ ਇਸ ਹਫਤੇ ਦੇ ਨਾਲ ਜੁੜੀਆਂ ਹੋਈਆਂ ਕੁਝ ਇਮੀਗ੍ਰੇਸ਼ਨ ਅਪਡੇਟਸ ਪਿਛਲੇ ਦਿਨੀ ਦੱਖਣੀ ਅਮਰੀਕੀ ਦੇਸ਼ ਨਿਕਾਰਗੋਆ ਜਾਣ ਦੀ ਕੋਸ਼ਿਸ਼ ਕਰਦੇ ਹੋਏ 300 ਦੇ ਕਰੀਬ ਭਾਰਤੀ ਨਾਗਰਿਕਾਂ ਨੂੰ ਫਰਾਂਸ ਸਰਕਾਰ ਵੱਲੋਂ ਵਾਪਸ ਭੇਜਣ ਦਾ ਮਾਮਲਾ ਅਜੇ ਵੀ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ ਉੱਥੇ ਹੀ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ ਇੱਕ ਹੋਰ ਸੰਸਨੀਖੇਜ਼ ਅੰਕੜਿਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਭਾਰਤੀ ਵਿਸ਼ੇਸ਼ ਤੌਰ ਤੇ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿੱਚ ਰਹਿੰਦੇ ਲੱਖਾਂ ਲੋਕਾਂ 'ਚ ਕਿਸ ਤਰ੍ਹਾਂ ਵਿਦੇਸ਼ ਖਾਸ ਕਰ ਅਮਰੀਕਾ ਜਾਣ ਦਾ क्रेज ਬਰਕਰਾਰ ਹੈ। ਇਹਨਾਂ ਅੰਕੜਿਆਂ ਦੇ ਅਨੁਸਾਰ ਅਕਤੂਬਰ 2022 ਤੋਂ ਲੈ ਕੇ ਨਵੰਬਰ 2023 ਦੇ ਦੌਰਾਨ ਅਮਰੀਕਨ ਬਾਰਡਰ ਏਜੰਸੀ ਨੇ ਮੈਕਸੀਕੋ ਤੋਂ ਬਾਰਡਰ ਪਾਰ ਕਰਦੇ ਹੋਏ 96917 ਭਾਰਤੀ ਨਾਗਰਿਕਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੁਹਾਡੇ ਗਿਣਤੇ ਭਾਰਤੀ ਜਾਂ ਤਾਂ ਅਮਰੀਕਾ ਦਾਖਲ ਹੋਣ ਚ ਲਈ ਅਦਾਲਤੀ ਫੈਸਲਿਆਂ ਦਾ ਇੰਤਜ਼ਾਰ ਕਰ ਰਹੇ ਨੇ ਅਤੇ ਜੇਲ੍ਹਾਂ ਚ ਬੰਦ ਨੇ ਉੱਥੇ ਵੱਡੀ ਗਿਣਤੀ ਚ ਭਾਰਤੀਆਂ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਉਹਨਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਅਮਰੀਕਾ ਹਮੇਸ਼ਾ ਹੀ ਭਾਰਤੀਆਂ ਦੇ ਲਈ ਇੱਕ ਵੱਡਾ ਸੁਪਨਾ ਰਿਹਾ ਡਾਲਰ ਕਮਾਉਣ ਦਾ ਭਾਰਤੀਆਂ ਚ ਵੱਡੇ ਪੱਧਰ ਤੇ ਕ੍ਰੇਸ ਪੈਦਾ ਹੋ ਗਿਆ ਤੇ ਉਹ 35 ਤੋਂ ਲੈ ਕੇ 50 ਲੱਖ ਰੁਪਏ ਦੀ ਵੱਡੀ ਰਕਮ ਖਰਚ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਅਮਰੀਕਾ ਪਹੁੰਚਣਾ ਚਾਹੁੰਦੇ ਨੇ ਪਰ ਇਸ ਦੇ ਲਈ ਉਹਨਾਂ ਨੂੰ ਲੰਬਾ ਸੰਘਰਸ਼ ਕਰਨਾ ਪੈਂਦਾ ਹੈ ਤੇ ਅਕਸਰ ਵਿੱਚੋਂ ਜ਼ਿਆਦਾਤਰ ਆਪਣੀ ਜਾਨ ਵੀ ਗਵਾ ਬੈਠਦੇ ਨੇ ਭਾਰਤੀ ਵਿਦਿਆਰਥੀ ਸੁਨਹਿਰੇ ਭਵਿੱਖ ਦੀ ਆਸ ਵਿੱਚ ਪੜ੍ਹਾਈ ਦੇ ਲਈ ਕੈਨੇਡਾ ਜਾਣਾ ਚਾਹੁੰਦੇ ਨੇ ਹਾਲ ਹੀ ਵਿੱਚ ਟੋਰਾਂਟੋ ਸਟਾਰ ਦੇ ਦੁਆਰਾ ਕੀਤੇ ਗਏ ਇੱਕ ਤਾਜ਼ਾ ਵਿਸ਼ਲੇਸ਼ਣ ਦੇ ਵਿੱਚ ਸામਨੇ ਆਇਆ ਹੈ ਕਿ ਕੈਨੇਡੀਅਨ ਵਿਦਿਅਕ ਸੰਸਥਾਵਾਂ ਦੇ ਦੁਆਰਾ ਸਵੀਕਾਰ ਕੀਤੇ ਗਏ ਲਗਭਗ ਅੱਧੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਅਧਿਕਾਰੀਆਂ ਦੁਆਰਾ ਰੱਦ ਕੀਤੇ ਜਾਣ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਰਤ ਤੋਂ ਲਗਭਗ 40% ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਹੋਰ ਜਾਂ ਅਨਿਰਧਾਰਤ ਦੇ ਰੂਪ ਦੇ ਵਿੱਚ ਸ਼੍ਰੇਣੀਬੱਧ ਕੀਤੇ ਗਏ ਕਾਰਨਾਂ ਕਰਕੇ ਅਸਵੀਕਾਰ ਕੀਤਾ ਗਿਆ ਜੋ ਸਾਰੇ ਦੇਸ਼ਾਂ 'ਚ ਸਭ ਤੋਂ ਵੱਧ ਇਨਕਾਰ ਦਰ ਦਰਸਾਉਂਦਾ ਹੈ ਇਹ ਡਾਟਾ ਕੈਨੇਡਾ ਸਥਿਤ ਇੱਕ ਗੈਰ ਲਾਭਕਾਰੀ ਮੀਡੀਆ ਸੰਸਥਾ ਇਨਵੈਸਟਿਗੇਟਿਵ ਜਰਨਲਿਜ਼ਮ ਫਾਊਂਡੇਸ਼ਨ ਤੋਂ ਆਇਆ ਕੈਨੇਡੀਅਨ ਪ੍ਰਵਾਸੀਆਂ ਦੀ ਸੇਵਾ ਕਰਨ ਵਾਲੇ ਇੱਕ ਗੈਰ ਪੱਖਪਾਤੀ ਆਊਟਲੈਟ ਨਿਊ ਕੈਨੇਡੀਅਨ ਮੀਡੀਆ ਦੀ ਰਿਪੋਰਟ ਦੇ ਅਨੁਸਾਰ ਦਸੰਬਰ ਤੱਕ ਲਗਭਗ 320000 ਸਰਗਰਮ ਅਧਿਨ ਪਰਮਿਟਾਂ ਦੇ ਹਿਸਾਬ ਦੇ ਨਾਲ ਭਾਰਤ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਪ੍ਰਮੁੱਖ ਯੋਗਦਾਨ ਕਰਦਾ ਹੈ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਕਸਰ ਸਥਾਨਕ ਵਿਦਿਆਰਥੀਆਂ ਨਾਲੋਂ 5 ਗੁਣਾ ਵੱਧ ਫੀਸਾਂ ਅਦਾ ਕਰਦੇ ਨੇ ਅਤੇ ਇਸ ਦੇ ਲਈ ਪ੍ਰਾਈਵੇਟ ਅਤੇ ਪਬਲਿਕ ਕਾਲਜਾਂ ਦੋਵਾਂ ਲਈ ਇੱਕ ਵਧੀਆ ਆਮਦਨ ਸਰੋਤ ਹੈ ਉਧਰ ਵਿਦਿਆਰਥੀ ਉੱਚੀਆਂ ਫੀਸਾਂ ਦਾ ਭੁਗਤਾਨ ਕਰਨਾ ਜਾਰੀ ਰੱਖਦੇ ਨੇ ਕਿਉਂਕਿ ਵਿਦੇਸ਼ੀ ਸਿੱਖਿਆ ਏਜੰਟ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਨੇ ਕਿ ਕੈਨੇਡਾ 'ਚ ਪੜਨਾ ਦੇਸ਼ ਦੀ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਇੱਕ ਰਸਤਾ ਹੈ 1 ਜਨਵਰੀ 2022 ਅਤੇ 30 ਅਪ੍ਰੈਲ 2023 ਦੇ ਵਿਚਕਾਰ ਦੀ ਮਿਆਦ ਦੇ ਦੌਰਾਨ ਇਮੀਗ੍ਰੇਸ਼ਨ ਵਿਭਾਗ ਦੇ ਕੈਨੇਡੀਅਨ ਸਕੂਲਾਂ ਦੇ ਦੁਆਰਾ ਸਵੀਕਾਰ ਕੀਤੇ ਗਏ 8,68,206 ਅਧਿਅਨ ਪਰਮਿਟ ਬਿਨੇਕਾਰਾਂ 'ਚੋਂ 54.3 ਫੀਸਦੀ ਨੂੰ ਮਨਜ਼ੂਰੀ ਦਿੱਤੀ ਖਾਸ ਤੌਰ ਤੇ ਅਨਟਾਰੀਓ ਕੈਨੇਡਾ ਚ ਸਭ ਤੋਂ ਵੱਧ ਬਹੁ ਨੀਤ ਸਿੱਖਣ ਸੰਸਥਾਵਾਂ ਦੀ ਮੇਜ਼ਬਾਨੀ ਕਰਦਾ ਹੈ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪ੍ਰਮੁੱਖ ਮੰਜ਼ਲ ਹੈ ਪਬਲਿਕ ਕਾਲਜਾਂ ਵਿੱਚ ਆਮ ਤੌਰ ਤੇ ਜਨਤਕ ਯੂਨੀਵਰਸਿਟੀਆਂ ਦੇ ਮੁਕਾਬਲੇ ਉੱਚ ਅਸਵੀਕਾਰ ਦਰ ਹੈ ਪ੍ਰਾਈਵੇਟ ਸੰਸਥਾਵਾਂ ਦੇ ਕੋਲ ਕੁਲ ਅਰਜ਼ੀਆਂ ਦੇ 10% ਦੀ ਤੋਂ ਘੱਟ ਹੋਣ ਦੇ ਬਾਵਜੂਦ ਵੀ ਉੱਚ ਦਰਾਂ ਹੁੰਦੀਆਂ ਨੇ ਉਦਾਹਰਨ ਦੇ ਲਈ ਕੌਨਸਟੋਗਾ ਕਾਲਜ ਦੇ ਪਾਰਟ-ਟਾਈਮ ਸਟੱਡੀ ਪਰਮਿਟ ਅਰਜ਼ੀਆਂ ਦੀ ਸਭ ਤੋਂ ਵੱਧ ਮਾਤਰਾ ਵਾਲੀ ਸੰਸਥਾ ਦੇ ਕੋਲ 61612 ਅਰਜ਼ੀਆਂ 'ਚੋਂ 51% ਪ੍ਰਵਾਨਗੀ ਦਰ ਸੀ ਆਸਟ੍ਰੇਲੀਆਈ ਨਾਗਰਿਕ ਬਣਨ ਦੇ ਚਾਹਵਾਨ ਲੋਕਾਂ ਨੂੰ ਵੱਡਾ ਝਟਕਾ ਲੱਗਾ ਇਸ ਹਫ਼ਤੇ ਜਾਰੀ ਅੰਕੜੇ ਦਰਸਾਉਂਦੇ ਨੇ ਕਿ ਆਸਟ੍ਰੇਲੀਆਈ ਨਾਗਰਿਕਤਾ ਟੈਸਟਾਂ ਦੇ ਵਿੱਚ ਸਫਲ ਹੋਣ ਦੀ ਦਰ ਵਧੀ ਹੈ ਮਈ 2022 ਚ ਲੇਬਰ ਪਾਰਟੀ ਨੇ ਦੇਸ਼ ਦੀ ਸੱਤਾ ਸੰਭਾਲੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦੇ ਨਾਗਰਿਕਤਾ ਟੈਸਟ ਵਿੱਚ ਅਸਫਲ ਰਹਿਣ ਵਾਲੇ ਲੋਕਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਬੁੱਧਵਾਰ ਨੂੰ ਨਵੇਂ ਅੰਕੜਿਆਂ ਦਾ ਖੁਲਾਸਾ ਹੋਇਆ ਸਮਾਚਾਰ ਏਜੰਸੀ ਸ਼ਨੂਹਾ ਦੀ ਰਿਪੋਰਟ ਦੇ ਮਤਾਬਕ ਨਿਊਜ਼ ਕਾਰਪੋਰੇਸ਼ਨ ਆਸਟ੍ਰੇਲੀਆ ਦੁਆਰਾ ਪ੍ਰਕਾਸ਼ਿਤ ਤੰਕੜਿਆਂ ਦੇ ਅਨੁਸਾਰ ਮਈ 2022 ਦੀਆਂ ਆਮ ਚੋਣਾਂ ਅਤੇ ਅਗਸਤ 2023 ਦੇ ਵਿਚਕਾਰ ਨਾਗਰਿਕਤਾ ਦੇ ਟੈਸਟ ਦੇਣ ਵਾਲੇ 288603 ਲੋਕਾਂ ਚੋਂ 101000 ਤੋਂ ਵੱਧ 35 ਫੀਸਦੀ ਦੀ ਦਰ ਨਾਲ ਫੇਲ ਹੋਏ ਤੁਲਨਾਤਮਕ ਤੌਰ ਤੇ 2017 ਅਤੇ 2021 ਦੇ ਵਿਚਕਾਰ 684208 ਟੈਸਟਾਂ ਚੋਂ ਕੇਵਲ 21 ਫੀਸਦੀ ਹੀ ਫੇਲ ਹੋਏ ਆਸਟ੍ਰੇਲੀਆਈ ਨਾਗਰਿਕਤਾ ਦੀ ਪ੍ਰੀਖਿਆ ਦੇਣ ਵਾਲੇ ਯੋਗ ਲੋਕਾਂ ਨੂੰ ਦੇਸ਼ ਬਾਰੇ ਵੀ ਬਹੁ ਚੋਣ ਵਾਲੇ ਸਵਾਲ ਪੁੱਛੇ ਜਾਂਦੇ ਨੇ ਜਿਸ ਵਿੱਚ ਦੇਸ਼ ਦੀਆਂ ਕਦਰਾਂ ਕੀਮਤਾਂ ਬਾਰੇ ਪੰਜ ਸਵਾਲ ਸ਼ਾਮਲ ਨੇ ਪਾਸ ਹੋਣ ਦੇ ਲਈ ਇੱਕ ਵਿਅਕਤੀ ਨੂੰ ਸਾਰੇ ਪੰਜ ਆਸਟ੍ਰੇਲੀਆਈ ਕਦਰਾਂ ਕੀਮਤਾਂ ਦੇ ਸਵਾਲ ਦੇ ਸਹੀ ਜਵਾਬ ਦੇਣੇ ਪੈਂਦੇ ਨੇ ਅਤੇ ਘੱਟੋ ਘੱਟ 65% ਦਾ ਕੁੱਲ ਅੰਕ ਪ੍ਰਾਪਤ ਕਰਨਾ ਹੁੰਦਾ ਹੈ ਸਤੰਬਰ 2020 ਵਿੱਚ ਸਾਬਕਾ ਗੱਠਜੋੜ ਸਰਕਾਰ ਨੇ ਰਾਸ਼ਟਰੀ ਮੁੱਲਾਂ ਦੇ ਸਵਾਲਾਂ ਨੂੰ ਜੋੜਦੇ ਹੋਏ ਸੰਭਾਵੀ ਨਾਗਰਿਕਤਾ ਦੇ ਲਈ ਅੰਗਰੇਜ਼ੀ ਭਾਸ਼ਾ ਦੇ ਹੁੰਦਰਾ ਦੇ ਵਧੇਰੇ ਜ਼ੋਰ ਦਿੰਦੇ ਹੋਏ ਟੈਸਟ ਨੂੰ ਨਵਾਂ ਰੂਪ ਦਿੱਤਾ ਟੈਸਟ ਵਿੱਚ ਅਸਫਲ ਰਹਿਣ ਨਾਲ ਕਿਸਤੇ ਵਿਅਕਤੀ ਦੇ ਸਥਾਈ ਵੀਜ਼ਾ ਜਾਂ ਰਿਹਾਇਸ਼ੀ ਸਥਿਤੀ ਤੇ ਕੋਈ ਅਸਰ ਨਹੀਂ ਪੈਂਦਾ ਪਰ ਤਿੰਨ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਉਸ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਨੇ ਬੁੱਧਵਾਰ ਨੂੰ ਨਿਊਜ਼ ਕਾਰਪੋਰੇਸ਼ਨ ਨੂੰ ਦੱਸਿਆ ਕਿ ਸਰਕਾਰ ਯਕੀਨੀ ਬਣਾਉਣ ਦੇ ਲਈ ਟੈਸਟ ਦੀ ਸਮੀਖਿਆ ਕਰਨਾ ਜਾਰੀ ਰੱਖੇਗੀ ਕਿ ਕੀ ਸਿਸਟਮ ਨਿਰਪੱਖ ਕੁਸ਼ਲ ਅਤੇ ਸਮਾਵੇਸ਼ੀ ਹੈ ਉਨ੍ਹਾਂ ਨੇ ਕਿਹਾ ਸਰਕਾਰ ਮੰਨਦੀ ਹੈ ਕਿ ਆਸਟ੍ਰੇਲੀਆ ਨਾਗਰਿਕਤਾ ਤੇ ਬਣਿਆ ਦੇਸ਼ ਹੈ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਨਾਗਰਿਕਤਾ ਟੈਸਟ ਦਾ ਮੁਲਾਂਕਣ ਕਰਨਾ ਜਾਰੀ ਰੱਖਾਂਗੇ ਕਿ ਭਾਈਚਾਰੇ ਦੀਆਂ ਉਮੀਦਾਂ ਤੇ ਖਰਾ ਉਤਰਦਾ ਹੈ ਇਸਲਾਮਾਬਾਦ ਵਿੱਚ ਕੂਟਨੀਤਿਕ ਸੂਤਰਾਂ ਦੇ ਮੁਤਾਬਕ ਕੈਨੇਡਾ ਦੀ ਸਰਕਾਰ ਨੇ ਇਸ ਹਫਤੇ ਪਾਕਿਸਤਾਨ ਦੀ ਯਾਤਰਾ ਕਰਨ ਦੇ ਚਾਹਵਾਨਾਂ ਤੇ ਪਾਕਿਸਤਾਨ ਦੇ ਵਿੱਚ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ। ਪਾਕਿਸਤਾਨ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਨੇ ਆਪਣੇ ਨਾਗਰਿਕਾਂ ਨੂੰ ਅਣਪਛਾਤੀ ਸੁਰੱਖਿਆ ਸਥਿਤੀ ਦੇ ਕਾਰਨ ਬਹੁਤ ਸਾਵਧਾਨੀ ਵਰਤਣ, ਬੇਲੋੜੀ ਯਾਤਰਾ ਤੋਂ ਬਚਣ ਅਤੇ ਪਾਕਿਸਤਾਨ ਦੇ ਸਰਹੱਦੀ ਖੇਤਰਾਂ ਦੀ ਯਾਤਰਾ ਕਰਨ ਤੋਂ ਬਚਣ ਦੇ ਲਈ ਕਿਹਾ ਹੈ। ਫ੍ਰਾਂਸ ਵੱਲੋਂ ਮਨੁੱਖੀ ਤਸ਼ਕਰੀ ਦੇ ਸ਼ੱਕ ਕਾਰਨ ਨਿਕਾਰਗੋਆ ਜਾਣ ਵਾਲੀ ਉਡਾਣ ਨੂੰ ਰੋਕੇ ਜਾਣ ਤੋਂ ਕਈ ਹਫ਼ਤੇ ਬਾਅਦ ਗੁਜਰਾਤ ਦੀ ਸੀਆਈਡੀ ਨੇ ਵੀਰਵਾਰ ਨੂੰ 14 ਵਿਅਕਤੀਆਂ ਦੇ ਵਿਰੁੱਧ ਮਨੁੱਖੀ ਤਸ਼ਕਰੀ ਦੀ ਸ਼ਿਕਾਇਤ ਦਰਜ ਕਰਵਾਈ ਫ੍ਰਾਂਸ ਨੇ 1 ਕਿ ਦਸੰਬਰ ਨੂੰ ਪੈਰਿਸ ਨੇੜੇ ਵਟਰੀ ਹਵਾਈ ਅੱਡੇ ਤੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਉਡਾਣ ਨੂੰ ਰੋਕ ਦਿੱਤਾ ਸੀ ਜਿਸ ਵਿੱਚ 96 ਗੁਜਰਾਤੀਆਂ ਸਮੇਤ 303 ਯਾਤਰੀ ਸਵਾਰ ਸੀ ਇਸ ਜਹਾਜ਼ ਨੇ ਦੁਬਈ ਤੋਂ ਉਡਾਣ ਭਰੀ ਸੀ ਤੇ ਨਿਕਾਰਗੋਆ ਜਾਣਾ ਸੀ 24 ਦਸੰਬਰ ਨੂੰ ਵਰਤੀ ਹਵਾਈ ਅੱਡੇ ਤੇ ਸਥਾਪਿਤਿਕ ਅਦਾਲਤ ਨੇ ਯਾਤਰੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਅਤੇ ਜਹਾਜ਼ ਨੂੰ ਬੰਬਈ ਲਈ ਉਡਾਣ ਭਰਨ ਦੀ ਆਗਿਆ ਦਿੱਤੀ ਹਾਲਾਂਕਿ ਉਨ੍ਹਾਂ ਚੋਂ ਕੇਵਲ 276 ਬੰਬਈ ਪਹੁੰਚੀ ਏ ਡੀ ਜੀ ਪੀ ਸੀ ਆਈ ਡੀ ਰਾਜਕੁਮਾਰ ਨੇ ਦੱਸਿਆ ਕਿ 14 ਵਿਅਕਤੀਆਂ ਵਿਰੁੱਧ ਸ਼ਿਕਾਇਤੀ ਪੁਸ਼ਟੀ ਕੀਤੀ ਹੈ ਸੀ ਆਈ ਡੀ ਦੇ ਸੂਤਰਾਂ ਨੇ ਦੱਸਿਆ ਕਿ ਐਫ ਆਈ ਆਰ ਵਿੱਚ ਜੱਗੀਪਾਜੀ ਕਿਰਨ ਪਟੇਲ ਰਾਜ ਦੰਬੇ ਚੰਦਰੇਸ਼ ਪਟੇਲ ਜੋਗਿੰਦਰ ਹੋਰ ਵੀ ਕਈ ਜਿਹੜੇ ਨਾਮ ਨੇ ਏਜੰਟਾਂ ਦੇ ਉਹ ਸ਼ਾਮਿਲ ਨੇ ਹਾਲਾਂਕਿ ਇੱਕ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਇਨਾਂ ਤੇ ਭਾਰਤੀ ਦੰਡਾਵਲੀ ਦੇ ਤਹਿਤ ਅਪਰਾਧਿਕ ਸਾਜ਼ਿਸ਼ ਸਬੂਤਾਂ ਨੂੰ ਨਸ਼ਟ ਕਰਨ ਅਤੇ ਮਨੁੱਖੀ ਤਸਕਰੀ ਦੇ ਇਲਜ਼ਾਮ ਲੱਗੇ ਰਹੇ ਔਰ ਰਿਪੋਰਟ ਦੇ ਅਨੁਸਾਰ ਇਹਨਾਂ 에ਜੈਂਟਾਂ ਦਾ ਮਨੁੱਖੀ ਤਸਕਰਾਂ ਦੇ ਕੋਲ ਅਮਰੀਕਾ ਵਿੱਚ ਅਟਾਰਨੀ ਦਾ ਇੱਕ ਨੈੱਟਵਰਕ ਵੀ ਹੈ ਤਾਂ ਜੋ ਉਹ ਆਪਣੇ ਗਾਕਾਂ ਨੂੰ ਉੱਥੇ ਸੁਰੱਖਿਅਤ ਕਰਨ ਦੇ ਵਿੱਚ ਮਦਦ ਕਰ ਸਕਣ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਵਿਨੁਖੀ ਤਸਕਰੀ ਨੇ ਦੁਬਈ ਤੋਂ ਨିକਾਰਗੂਆਲੇ ਉਡਾਣ ਚਾਟਰ ਕੀਤੀ ਸੀ ਉਹਨਾਂ ਨੇ ਉੱਤਰੀ ਗੁਜਰਾਤ ਅਤੇ ਭਾਰਤ ਦੇ ਉੱਤਰੀ ਸੂਬਿਆਂ ਤੋਂ ਯਾਤਰੀਆਂ ਨੂੰ ਮੈਕਸੀਕੋ ਭੇਜਣ ਦੀ ਯੋਜਨਾ ਬਣਾਈ ਜਿੱਥੇ ਉਹਨਾਂ ਨੇ ਅਮਰੀਕਾ ਜਾਣਾ ਸੀ ਇੱਕ ਖੁਫੀਆ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਫਰਾਂਸ ਨੇ ਉਡਾਣ ਨੂੰ ਰੋਕ ਦਿੱਤਾ ਅਤੇ ਭਾਰਤੀ ਨਾਗਰਿਕਾਂ ਨੂੰ ਵਾਪਸ ਬੰਬਈ ਭੇਜ ਦਿੱਤਾ ਫਰਾਂਸ ਦੇ ਅਧਿਕਾਰੀਆਂ ਵੱਲੋਂ ਉਡਾਣ ਪਰੰਤੂ ਪਹਿਲਾਂ ਨਿਕਾਰਗੂਆ ਜਾਣ ਵਾਲੀ ਇੱਕ ਹੋਰ ਉਡਾਣ ਜਰਮਨੀ ਦੇ ਕਹਵਾਈ ਅੱਡੇ ਤੇ ਲਗਭਗ 12 ਘੰਟਿਆਂ ਲਈ ਰੁਕੀ ਸੀ ਸੀਆਈਡੀ ਅਧਿਕਾਰੀਆਂ ਨੇ ਦੁਬਈ ਤੋਂ ਰਵਾਨਾ ਹੋਏ 68 ਯਾਤਰੀਆਂ ਦੇ ਬਿਆਨ ਲੈਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਕੈਨੇਡਾ ਚਲ ਗੁੰਮਾ ਯੂਨੀਵਰਸਿਟੀ ਦੇ ਵਿਰੋਧ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਛੇਵੇਂ ਦਿਨ ਇਨਸਾਫ ਦੀ ਉਮੀਦ ਮਿਲ ਗਈ ਜੀ ਹਾਂ ਇਸ ਹਫਤੇ ਵਿਦਿਆਰਥੀਆਂ ਦੇ ਮਤਾਬਕ ਯੂਨੀਵਰਸਿਟੀ 132 ਵਿੱਚੋਂ 100 ਵਿਦਿਆਰਥੀਆਂ ਨੂੰ ਪਾਸ ਕਰਨ ਤੇ ਸਹਿਮਤ ਹੋ ਗਈ ਹੈ ਜਦਕਿ ਬਾਕੀ ਰਹਿੰਦੇ 32 ਵਿਦਿਆਰਥੀਆਂ ਬਾਰੇ ਕੁਝ ਦਿਨਾਂ ਤੱਕ ਫੈਸਲਾ ਹੋਣਾ ਹੈ ਜਾਣਕਾਰੀ ਦੇ ਅਨੁਸਾਰ ਕੁਝ ਵਿਦਿਆਰਥੀਆਂ ਨੇ ਪੜਾਈ ਵਿੱਚ ਘੱਟ ਤੇ ਕੰਮ ਵਿੱਚ ਵਧੇਰੇ ਦਿਲਚਸਪੀ ਦਿਖਾਈ ਇਸ ਦੌਰਾਨ ਕਈ ਵਿਦਿਆਰਥੀਆਂ ਨੂੰ ਮੂਡ ਪੇਪਰ ਦੇਣ ਦਾ ਮੌਕਾ ਮਿਲ ਸਕਦਾ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੰਘਰਸ਼ ਦੀ ਜਿੱਤ ਹੋ ਗਈ ਹੈ ਪਰ ਇਹ ਅਧੂਰੀ ਹੈ ਜਿਸ ਕਰਕੇ ਸ਼ੁੱਕਰਵਾਰ ਨੂੰ ਅੰਤਿਮ ਫੈਸਲਾ ਆਉਣ ਤੱਕ ਜਿਹੜਾ ਸੰਘਰਸ਼ ਜਾਰੀ ਰੱਖਣ ਦੀ ਗੱਲ ਵੀ ਕਹੀ ਗਈ ਸੀ ਪਰ ਇਸ ਤੋਂ ਬਾਅਦ ਨਵੀਂ ਅਪਡੇਟ ਹਲੇ ਤੱਕ ਨਹੀਂ ਆਈ ਜ਼ਿਕਰਯੋਗ ਹੈ ਕਿ ਵਿਦਿਆਰਥੀ ਪਿਛਲੇ 6 ਦਿਨ ਤੋਂ ਖੜਾਕੇ ਦੀ ਠੰਡ ਵਿੱਚ ਧਰਨਾ ਦੇ ਰਹੇ ਸੀ ਇਲਜ਼ਾਮ ਸੀਗਾ ਕਿ ਯੂਨੀਵਰਸਿਟੀ ਨੇ ਜਾਣ ਬੁੱਝ ਕੇ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੂੰ ਫੇਲ ਕੀਤਾ ਸੀ ਤਾਂ ਜੋ ਮੁਰਤੂ ਫੀਸਾਂ ਜਿਹੜੀਆਂ ਉਹਨਾਂ ਤੋਂ ਲਈਆਂ ਜਾ ਸਕਣ ਵਿਦਿਆਰਥੀਆਂ ਤੋਂ ਵਿਦਿਆਰਥੀਆਂ ਵੱਲੋਂ ਇਸ ਸੰਬੰਧੀ ਕੈਨੇਡਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਈਮੇਲ ਕਰਕੇ ਹਮਾਇਤ ਵੀ ਮੰਗੀ ਗਈ ਸੀ। ਕੈਨੇਡਾ ਵਿੱਚ ਪਿਛਲੇ ਤਿੰਨ ਸਾਲਾਂ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 'ਚ 60% ਦਾ ਵਾਧਾ ਹੋਇਆ ਜਦਕਿ ਸਰਕਾਰ ਨੇ ਅਗਲੇ 2 ਸਾਲਾਂ ਲਈ ਇੱਕ ਵੱਡਾ ਟੀਚਾ ਰੱਖਿਆ ਹੈ। ਕੈਨੇਡਾ ਸਰਕਾਰ ਨੇ ਅਗਲੇ 2 ਸਾਲਾਂ ਲਈ 14 ਲੱਖ 5000 ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਦਾ ਟੀਚਾ ਰੱਖਿਆ ਹੈ ਇੱਕ ਪਾਸੇ ਜਿੱਥੇ ਕੈਨੇਡਾ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ਦੂਜੇ ਪਾਸੇ ਉੱਥੇ ਵਿਦਿਆਰਥੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੋਂ ਦੇ ਵਿਦਿਆਰਥੀ ਰੁਜ਼ਗਾਰ ਦੇ ਨਾਲ-ਨਾਲ ਮਾਨਸਿਕ ਸਿਹਤ ਨਾਲ ਵੀ ਜੂਝ ਰਹੇ ਨੇ ਕੈਨੇਡਾ ਵਿੱਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਆਉਣ ਕਾਰਨ ਇਹ ਤਰ੍ਹਾਂ ਦੀਆਂ ਸਮੱਸਿਆਵਾਂ ਮਾ ਪੈਦਾ ਹੋ ਰਹੀਆਂ ਨੇ ਉਹਨਾਂ ਦੀ ਰਿਹਾਈਸ਼ ਭੋਜਨ ਅਤੇ ਨੌਕਰੀ ਦੇ ਸ਼ੋਸ਼ਣ ਦੇ ਨਾਲ ਨਾਲ ਉਹਨਾਂ ਨੂੰ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਦੇਸ਼ੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਨੇ ਜਿੱਥੇ ਯੂਨੀਵਰਸਿਟੀ ਅਤੇ ਸਿੱਖਿਆ ਜਗਤ ਵਿੱਚ ਖੁਸ਼ੀ ਦੀ ਲਹਿਰ ਪਾਈ ਹੈ ਉੱਥੇ ਇਸ ਨੂੰ ਲੈ ਕੇ ਚਿੰਤਾਵਾਂ ਵੀ ਹਨ ਸਿੱਖਿਆ ਜਗਤ ਨਾਲ ਜੁੜੇ ਲੋਕਾਂ ਦਾ ਕਹਿਣਾ ਕਿ ਇਸ ਗੱਲ ਤੋਂ ਚਿੰਤਾ ਤਾਂ ਕਿ ਵੱਧਦੀ ਗਿਣਤੀ ਕਾਰਨ ਉਹਨਾਂ ਦਾ ਆਰਥਿਕ ਸ਼ੋਸ਼ਣ ਹੋਣਾ ਨਾ ਸ਼ੁਰੂ ਹੋ ਜਾਏ ਅਤੇ ਕਮਰਿਆਂ ਦੇ ਵੱਧ ਦੇ ਕਿਰਾਏ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਇਸ ਨੂੰ ਕਾਬੂ ਵਿੱਚ ਰੱਖਣ ਅਤੇ ਹੋਰ ਸਮੱਸਿਆ ਨੂੰ ਰੋਕਣ ਦੇ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਕ ਵਿਲਰ ਨੇ ਕਈ ਐਲਾਨ ਕੀਤੇ ਵਿਦੇਸ਼ੀ ਵਿਦਿਆਰਥੀਆਂ ਦੇ ਕੰਮ ਦੇ ਘੰਟੇ 20 ਘੰਟੇ ਤੋਂ ਵੱਧ ਕਰ ਦਿੱਤੇ ਗਏ ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਕਾਲਜਾਂ ਨੂੰ ਓਨੇ ਹੀ ਵਿਦਿਆਰਥੀਆਂ ਨੂੰ ਦਾਖਲਾ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਉਹ ਹੌਸਟਲ ਦੀ ਸਹੂਲਤ ਪ੍ਰਦਾਨ ਕਰ ਸਕਦੇ ਨੇ ਕੈਨੇਡਾ ਵਿੱਚ ਪਿਛਲੇ 3 ਸਾਲਾਂ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਅਸਧਾਰਨ ਵਾਧਾ ਹੋਇਆ ਇਮੀਗ੍ਰੇਸ਼ਨ ਮੰਤਰਾਲੇ ਦੇ ਅਨੁਸਾਰ ਇਹਨਾਂ ਸਾਲਾਂ 'ਚ 60% ਤਿਤਵਾਧਾ ਵਾਧਾ ਹੋਇਆ ਜਦਕਿ 2021 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 5,60,000 ਸੀ 2022 'ਚ ਗਿਣਤੀ 8,38,000 ਤੱਕ ਪਹੁੰਚ ਗਈ ਸਾਲ 2023 'ਚ 10 ਲੱਖ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਜਿਥੇ ਇਟਲੀ ਕੈਨੇਡਾ ਅਤੇ ਹੋਰ ਪੱਛਮੀ ਦੇਸ਼ ਇਮੀਗ੍ਰੇਸ਼ਨ ਨੂੰ ਲੈ ਕੇ ਸੱਤ ਹੁੰਦੇ ਜਾ ਰਹੇ ਨੇ ਉੱਥੇ ਕੈਨੇਡਾ ਇਸ ਮਾਮਲੇ 'ਚ ਉਲਟ ਨੀਤੀ ਜਿਹੜਾ ਹੈ ਲਗਾਤਾਰ ਅਪਣਾ ਵੀ ਰਿਹਾ ਹੈ ਤੇ ਸਖਤ ਵੀ ਹੋ ਰਿਹਾ ਹੈ ਇਸ ਦਾ ਮੁੱਖ ਕਾਰਨ ਦੇਸ਼ ਵਿੱਚ ਨਰਮਦ ਮਜ਼ਦੂਰਾਂ ਦੀ ਘਾਟ ਤੇ ਸਿੱਖਿਆ ਖੇਤਰ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਹੈ ਇਸ ਦਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਫਲਹਾਲ ਬਰਨ ਕੋਰਮਾਨ ਨੂੰ ਦਿਵਾ ਗਿਆ ਤੁਸੀਂ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਸੀ ਟੀਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ